ਤਨ ਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਆਗਮਨ ਪੁਰਬ ਦੀ ਆਪ ਸਿੱਖ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ। ਉਹਨਾਂ ਦੇ ਹੀ ਪੁਰਬ ਦੇ ਸੰਬੰਧ ਵਿੱਚ 1 ਤਰੀਕ ਤੋਂ ਜਿਹੜੇ ਅਖੰਡ ਪਾਠ ਸਾਹਿਬ ਦੇ ਭੋਗ ਜਿਹੜੇ ਆਰੰਭ ਕੀਤੇ ਸੀ, ਅੱਜ ਗੁਰੂ ਸਾਹਿਬ ਦੀ ਕਿਰਪਾ ਦੇ ਸਦਕਾ ਉਹ ਸੰਪੂਰਨ ਹੋਏ ਨੇ। ਉਹਦੇ ਨਾਲ ਨਾਲ ਹੀ ਸਿੱਖ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਸਮੂਹ ਨੈਕਸਲ ਜਥੇਬੰਦੀਆਂ, ਰੰਗਰੇਟਾ ਜਥੇਬੰਦੀਆਂ, ਮਜ਼੍ਹਬੀ ਸਿੱਖ ਸਮਾਜ ਦਾ ਇੱਕ ਸ਼ੁਰੂ ਤੋਂ ਹੀ ਨਾ ਪਹਿਲੇ ਦਿਨ ਤੋਂ ਹੀ ਇੱਕ ਮੰਗ ਆ ਬੜੀ ਪੁਰਾਣੀ, ਜਿਹੜੀਆਂ ਬੜੀ ਵਾਰ ਹਰ ਸਰਕਾਰਾਂ ਦੇ ਨਜ਼ਰ 'ਚ ਆਉਂਦੀਆਂ ਰਹੀਆਂ, ਪਰ ਉਹਦੇ 'ਤੇ ਕਦੇ ਕਿਸੇ ਨੇ ਕੋਈ ਮਤਲਬ ਕਹਿ ਲਓ ਕਿ ਚੁੱਕਣ ਦੀ, ਕੋਈ ਮੁੱਦਾ ਚੁੱਕਣ ਦੀ ਕੋਸ਼ਿਸ਼ ਨਹੀਂ ਕੀਤੀ। ਜੇ ਕੋਈ ਕਰਦਾ ਵਾ ਤਾਂ ਉਹਨੂੰ ਕਾਗਜ਼ੀ ਕਾਰਵਾਈ ਦੇ ਵਿੱਚ ਉਲਝਾ ਜਾਂਦਾ ਵਾ। ਮੁੱਦਾ ਹੈਗਾ ਵਾ ਅੰਮ੍ਰਿਤਸਰ ਦੇ ਵਿੱਚ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਮਜ਼੍ਹਬੀ ਸਿੰਘਾਂ ਦਾ ਜਿਹੜਾ ਬੁੰਗਾ ਵਾ ਉਹਦੇ ਸੰਬੰਧ ਵਿੱਚ ਉਹਨੂੰ ਕਿਤੇ ਟੈਟੇ ਦੀ ਕੀਤਾ ਗਿਆ ਵਾ, ਮੁਰੰਮਤ ਦੇ ਨਾਂ 'ਤੇ ਕਿਤੇ ਕਿਸੇ ਦੇ ਨਾਂ 'ਤੇ ਅੱਜ ਤੱਕ ਸਿਰਫ ਕਾਗਜ਼ੀ ਕਾਰਵਾਈ ਦੇ ਵਿੱਚ ਉਲਝਾਇਆ ਗਿਆ ਵਾ। ਸੋ ਇਸ ਵਾਰੀ ਨਾ ਸਰਕਾਰਾਂ ਜਿਹੜੀਆਂ ਵਾ ਉਹ ਰਲ ਮਿਲ ਕੇ ਕਹਿ ਰਹੀਆਂ ਨੇ ਕਿ ਅਸੀਂ ਦਲਿਤ ਸਮਾਜ ਨੂੰ CM ਬਣਾਉਣਾ, ਕੋਈ ਡਿਪਟੀ CM ਬਣਾਉਣਾ। ਪਰ ਮੈਂ ਸਮਝਦਾ ਵਾਂ ਵੀ ਆ 1 ਤਰੀਕ ਨੂੰ ਕਿਸਾਨ ਮਜ਼ਦੂਰ ਜਿਹੜੀ ਲੰਘ ਕੇ ਗਿਆ ਮਜ਼ਦੂਰ ਦਿਵਸ, ਕਿਹੜੀ ਸਰਕਾਰ ਨੇ ਜਾਂ ਕਿਹੜੇ ਲੀਡਰ ਨੇ ਮਜ਼ਦੂਰਾਂ ਦੇ ਸੰਬੰਧ ਦੇ ਵਿੱਚ ਕੋਈ ਪੈਕੇਜ ਲਾਉਣਿਆ ਤਾਂ ਮੈਨੂੰ ਦੱਸੇ। ਸੋ ਗੱਲਾਂ ਦਾ ਕੜਾਹ ਕਰ ਰਹੀਆਂ ਨੇ। ਮੈਂ ਸਮਝਦਾ ਵਾਂ ਕਿ ਇਹ ਜਿੰਨੀਆਂ ਵੀ ਨਿਹੰਗ ਸਿੰਘ ਜਥੇਬੰਦੀਆਂ ਜਾਂ ਸਮਾਜ ਸੇਵੀ ਜਥੇਬੰਦੀਆਂ ਅੱਜ ਇਕੱਤਰ ਹੋਈਆਂ ਨੇ ਬਾਬਾ ਬਲਦੇਵ ਸਿੰਘ ਵੱਲਾ ਅਤੇ ਬਾਬਾ ਮੇਜਰ ਸਿੰਘ ਸੋਢੀ ਦੇ ਉਹਨਾਂ ਦੇ ਅਸ਼ੀਰਵਾਦ ਸਦਕਾ, ਤਨ ਪਾਕ ਸਮਝਦਾ ਵਾਂ ਕਿ ਇਹਨਾਂ ਨੇ ਇਹ ਸੇਵਾ ਵਾਸਤੇ ਮੈਨੂੰ ਚੁਣਿਆ। ਸੋ ਅਸੀਂ 2022 ਦੀ ਚੋਣਾਂ ਤੋਂ ਪਹਿਲਾਂ ਸਾਰੀਆਂ ਜਿੰਨੀਆਂ ਵੀ ਪਾਰਟੀਆਂ ਉਹਨਾਂ ਨੂੰ ਉਹਨਾਂ ਦੇ ਧਿਆਨ ਦੇ ਵਿੱਚ ਗੱਲ ਲਿਆਉਣਾ ਚਾਹੁੰਦੇ ਹਾਂ ਕਿ ਇਹ ਸਮਾਜ ਨੇ ਹਰ ਵਾਰੀ ਸਿੱਖ ਕੌਮ ਦੇ ਵਿੱਚ ਵੀ ਸਭ ਤੋਂ ਵੱਧ ਕੁਰਬਾਨੀਆਂ ਪਾਈਆਂ। ਵੋਟਾਂ ਵੇਲੇ ਵੀ ਤੁਹਾਡੀ ਝੋਲਾ ਦੇ ਵਿੱਚ ਵੋਟਾਂ ਪਾ ਕੇ ਤੁਹਾਨੂੰ ਕੁਰਸੀ ਉੱਤੇ ਬਿਠਾਉਂਦੇ ਨੇ, ਪਰ ਇਹਨਾਂ ਮਜ਼ਦੂਰ ਵਰਗ ਦਾ ਸਾਥ ਅੱਜ ਤੱਕ ਦਿੱਤਾ ਕਿੰਨੇ ਆ। ਸੋ ਉਹਦੇ ਸੰਬੰਧ ਵਿੱਚ ਅੱਜ ਅਸਾਂ ਪ੍ਰੈਸ ਕਾਨਫਰੰਸ ਕੀਤੀ ਆ ਕਿ 2022 ਦੇ ਚੋਣਾਂ ਤੋਂ ਪਹਿਲਾਂ ਅਸੀਂ ਜਿਹੜਾ ਵਾ ਮਜ਼੍ਹਬੀ ਸਿੰਘਾਂ ਦਾ ਬੁੰਗਾ ਜਿਹੜਾ ਵਾ ਉਹ ਮੁੜ ਸੁਰਜੀਤ ਕੀਤਾ ਜਾਵੇ। ਕਿਹਨੂੰ ਮਿਲਿਆ ਜਾਏਗਾ ਇਹਦੇ ਵਾਸਤੇ ਅਤੇ ਕਿਸ ਤਰ੍ਹਾਂ ਦੇ ਜਿਹੜੇ ਹੈ ਕੰਮ ਤੁਸੀਂ ਅਮਲ 'ਚ ਲਿਆ? ਵੀਰ ਜੀ, ਬਿਲਕੁਲ ਜਿਹੜਾ ਸਾਡਾ ਜਿਹੜੀ ਮੰਗ ਆ ਉਹ ਬੜੀ ਹੀ ਤਰੀਕੇ ਨਾਲ ਸਹਿਨਸ਼ੀਲਤਾ ਨਾਲ ਬੜੀ ਪਿਆਰ ਸਲੀਕੇ ਨਾਲ ਹੋਏਗੀ। ਸਭ ਤੋਂ ਪਹਿਲਾਂ ਅਸੀਂ ਮੰਗ ਕਰਾਂਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਕਿ ਪ੍ਰਧਾਨ ਸਾਹਿਬ, ਜਿੱਦਾਂ ਤੁਸੀਂ ਪਿਛਲੇ ਦਿਨੀ ਬੁੰਗਾ ਰਾਮਗੜੀਆਂ ਦਾ ਵੀ ਤੁਸੀਂ ਸਾਰੇ ਮੀਡੀਆ ਨੇ ਦੇਖਿਆ ਕਿ ਉੱਥੇ ਉਹਨਾਂ ਨੇ ਮੁੜ ਸੁਰਜੀਤ ਕਰਨ ਵਾਸਤੇ ਉਹਨਾਂ ਨੇ ਉਹਨਾਂ ਦਾ ਕਰ ਦਿੱਤਾ ਸਾਰਾ ਕਾਰਜ ਆਰੰਭ। ਸੋ ਇੱਦਾਂ ਹੀ ਮਜ਼੍ਹਬੀ ਸਿੱਖਾਂ ਦਾ ਜਿਹੜਾ ਬੁੰਗਾ ਵਾ ਨਾ ਉਹਨੂੰ ਵੀ ਆਰੰਭ ਕੀਤਾ ਜਾਵੇ। ਸਭ ਤੋਂ ਪਹਿਲਾਂ ਅਸੀਂ ਜਾਵਾਂਗੇ ਉੱਥੇ, ਜੇ ਅਗਰ ਨਹੀਂ ਕੋਈ ਗੱਲ ਬਣਦੀ ਤਾਂ ਭਾਈ ਫਿਰ ਸਾਨੂੰ ਵੀ ਪ੍ਰੋਟੈਸਟ ਕਰਨ ਦਾ ਪੂਰਾ ਹੱਕ ਆ। ਇਹ ਜਿੰਨਾ ਵੀ ਰੰਗਰੇਟੇ ਜਥੇਬੰਦੀਆਂ ਨੇ ਅਸੀਂ ਪੂਰੇ ਜਿਹੜੇ ਦਰਬਾਰ ਸਾਹਿਬ ਦੇ ਬਾਟਾ ਪਰ ਪ੍ਰੋਟੈਸਟ ਕਰਾਂਗੇ। ਕਦੋਂ ਤੁਸੀਂ ਮੰਗ ਪੱਤਰ ਦਿਓਗੇ ਉਹਨਾਂ? ਦੇਖੋ, ਮੰਗ ਪੱਤਰ ਜਿੱਦਾਂ ਹੀ ਬਾਬਾ ਜੀ ਸਾਨੂੰ ਹੁਕਮ ਕਰਨਗੇ, ਅੱਜ ਅਸੀਂ ਸਾਰੇ ਵੀਰਾਂ ਨੂੰ ਸਾਰੇ ਭੈਣ ਭਰਾ ਇਕੱਠੇ ਹੋਏ ਹਾਂ, ਮੰਗ ਪੱਤਰ ਜਿਹੜਾ ਵਾ ਅੱਜ ਅਸੀਂ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਭੈਣ ਭਰਾਵਾਂ ਦੇ ਸਾਥ ਦੇ ਨਾਲ ਦਰਬਾਰ ਸਾਹਿਬ ਜਾ ਕੇ ਅਸੀਂ 5 ਸਿੰਘ ਜਾ ਕੇ ਆਪਾਂ ਮੰਗ ਪੱਤਰ ਜ਼ਰੂਰ ਦੇ ਕੇ ਆਵਾਂਗੇ। ਉਪਰਾਲੇ ਇਹੋ ਕੀਤੇ ਜਾ ਰਹੇ ਨੇ, ਜਿਹੜਾ ਅੱਜ ਦਾ ਜਿਹੜਾ ਇੱਥੇ ਵਿਸ਼ੇਸ਼ ਪ੍ਰੋਗਰਾਮ ਰੱਖਿਆ ਗਿਆ ਹੈ, ਬਾਬਾ ਬਲਦੇਵ ਸਿੰਘ ਜੀ ਵੱਲਾ, ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਲ ਪੰਥ ਵੱਲੋਂ ਬੜਾ ਸੋਹਣਾ ਉਪਰਾਲਾ ਕੀਤਾ ਗਿਆ ਕਿ ਉਹਨਾਂ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੁੰਦੇ ਹੋਏ ਸਮੂਹ ਜਥੇਬੰਦੀਆਂ ਦੀ ਇਕੱਤਰਤਾ ਕੀਤੀ ਹੈ ਅਤੇ ਨਾਲ ਭਾਈਚਾਰੇ ਦੀ, ਸਮਾਜ ਦੀ, ਅਤੇ ਨਾਲ ਹੀ ਰੰਗਰੇਟਾ ਜਥੇਬੰਦੀਆਂ ਦੀ ਜਿਹੜੀ ਅੱਜ ਦੀ ਇਹ ਵਿਸ਼ੇਸ਼ ਇਕੱਤਰਤਾ ਇਸੇ ਸਮੇਂ ਇਸੇ ਮੁੱਦੇ ਦੇ ਉੱਤੇ ਹੋਈ ਹੈ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੁੰਦਿਆਂ ਹੋਇਆਂ ਸਭ ਤੋਂ ਪਹਿਲਾਂ ਸਾਰੀਆਂ ਹੀ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਸਤਿਗੁਰੂ ਕਿਰਪਾ ਕਰੇ, ਜੋ ਇਹਨਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਅਤੇ ਉਹਦੇ ਵਿਸ਼ੇ ਦੇ ਵਿੱਚ ਅੱਜ ਸਾਰੇ ਹੀ ਇਸ ਸੁਭਾਗ ਭਰੇ ਸਮੇਂ ਦੇ ਉੱਤੇ ਇੱਥੇ ਇਕੱਤਰ ਹੋਏ ਨੇ। ਅਤੇ ਵਿਸ਼ੇਸ਼ ਗੱਲ ਜਿਹੜੀ ਚੱਲ ਰਹੀ ਹੈ ਸਾਡੀ, ਇਹ ਪਿਛਲੇ ਕਈ ਸਮਿਆਂ ਤੋਂ ਲੈ ਕੇ ਕਿ ਜਿਹੜਾ ਬੁੰਗਾ ਹੈ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਉਹਦਾ ਲੰਮਾ ਸੰਘਰਸ਼ ਚੱਲ ਰਿਹਾ, ਉਹਦੇ ਵਾਸਤੇ ਅੱਜ ਖਾਸ ਕਰਕੇ ਇਕੱਤਰਤ ਹੈ। ਅਤੇ ਜਿਹਦੇ ਵਾਸਤੇ ਸਾਡੇ ਮਾਣਯੋਗ ਭਾਈ ਦਵਿੰਦਰ ਸਿੰਘ ਜੀ ਲੁਧਿਆਣੇ ਤੋਂ, ਸੰਤ ਸਿਪਾਹੀ ਗਰੁੱਪ ਦੇ ਬਾਬਾ ਬਲਦੇਵ ਸਿੰਘ ਜੀ, ਬਾਬਾ ਮੇਜਰ ਸਿੰਘ ਜੀ ਸੋਢੀ ਸਾਹਿਬ ਅਤੇ ਹੋਰ ਵੀ ਨਿਹੰਗ ਸਿੰਘ ਜਥੇਬੰਦੀਆਂ ਜਿਹੜੀਆਂ ਨੇ ਖਾਸ ਕਰਕੇ ਪਹੁੰਚੀਆਂ ਨੇ, ਦਾਸ ਭਾਈ ਅਮਰੀਕ ਸਿੰਘ ਉੱਤੋਂ ਕੇ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਸੇਵਾ ਸੁਸਾਇਟੀ ਦੀ ਪੂਰੀ ਟੀਮ ਦੇ ਨਾਲ ਅੱਜ ਮੌਜੂਦ ਹੈ ਇੱਥੇ। ਅਤੇ ਗੱਲਬਾਤ ਇਹ ਹੈ ਕਿ ਸਾਨੂੰ ਕਈ ਤਰ੍ਹਾਂ, ਜਿਸ ਤਰ੍ਹਾਂ ਭਾਈ ਦਵਿੰਦਰ ਸਿੰਘ ਜੀ ਨੇ ਕਿਹਾ ਕਿ ਸਾਨੂੰ ਕਾਗਜ਼ੀ ਕਾਰਵਾਈ ਦੇ ਵਿੱਚ ਉਲਝਾਇਆ ਗਿਆ ਜਾਂ ਉਲਝਣ ਵਿੱਚ ਪਾਇਆ ਗਿਆ, ਅਤੇ ਉਹਦੇ ਵਾਸਤੇ ਸਾਨੂੰ ਜਿਹੜੇ ਮੇਨ ਉਪਰਾਲੇ ਕਰਨੇ ਚਾਹੀਦੇ ਨੇ ਸਿੱਖ ਸੰਗਤਾਂ ਨੂੰ ਮਿਲ ਕੇ, ਜਿਵੇਂ ਅੱਜ ਆਪਾਂ ਲਾ ਲਈਏ ਕਿ ਏਕਤਾ ਸੰਘਰਸ਼ ਕਮੇਟੀ ਜਿਹੜੀ ਇਹ ਬੜੇ ਵੱਡੇ ਪੱਧਰ ਦੇ ਉੱਤੇ ਲੜ ਰਹੀ ਹੈ, ਅਤੇ ਕੀ ਅੱਜ ਸਾਨੂੰ ਏਕਤਾ ਦਾ ਸਬੂਤ ਮਿਲਦੇ ਆ? ਜਿਹੜੇ ਅਸਥਾਨ ਤੋਂ ਸੱਭੇ ਸਾਂਝੀਵਾਲ ਸਦਾਇਨ ਦਾ ਹੁੱਕਾ ਦਿੱਤਾ ਜਾਂਦਾ, ਜਿਵੇਂ ਉਹਨਾਂ ਨੇ ਕਿਹਾ ਕਿ ਰਾਮਗੜੀਆਂ ਦਾ ਬੁੰਗਾ ਜਿਹੜਾ ਉਹਨਾਂ ਨੇ ਆਜ਼ਾਦ ਕਰਾ ਦਿੱਤਾ ਮੰਨ ਲਓ, ਪਰ ਇਹ ਹਮੇਸ਼ਾ ਤੋਂ ਸਾਨੂੰ ਜੰਗ ਲੜਨੀ ਪੈਣ ਦੀ ਹੈ ਕਿ ਸਾਡਾ ਬੁੰਗਾ ਸਾਡਾ ਬੁੰਗਾ ਸਾਡਾ ਬੁੰਗਾ, ਅਤੇ ਸਾਨੂੰ ਇਹ ਗੱਲ ਸਮਝ ਨਹੀਂ ਆਉਣ ਦੀ ਕਿ ਸਾਡਾ ਬੁੰਗਾ ਹੈਗਾ ਵੀ ਹੈ
कि नहीं हैगा, इन्नी गल का पता सीगा हैगा, पर उन्हूं ढाया क्यों गया? जे ढाया गया, जे रामगढ़िया का बूंगा बन सकता तो फिर मजहबी सिखा रंगरेटियां का बूंगा भी बन सकता। तो जे अज श्रोमणी कमेटी इनू प्यार दे नाल भावना दे नाल जे एकता का सबूत दिंदी है, जिहड़े अस्थान तो एकता की गल चलती है तो जिथे सर्बसांझीवालता की गल चलती है, जे उत्थे ही अज ईरखा का दवैत ध्रुव अहंकार हउमे जिहड़ी बोलती है, फिर उत्थों एकता का सबूत सानू प्राप्त नहीं हो सकता। सानू ये संघर्ष लंबे चरां तो लड़ना पैन दिया, अगे कागजी कार्रवाई दे नाल लड़ना पैन दिया, तो हुण हो सकिया समा जिहड़ा पहलां भी चलता आ रहा कि अज नहीं तो कल नू इस संघर्ष नू किस तरह लड़ना, वो आउण वाले समय दे विच सारियां सिख संगतां समाज सेवा निहंग सिंह जथेबंदियां इस बुंगे दे वास्ते तन मन धन दे नाल अड्डी चोटी का जोर ला के संघर्ष करनगियां, उस बुंगे की आज़ादी वास्ते जो भी करना पए वो असी करन नू तैयार आ। किस तरह का संघर्ष विड़िया जा सकदा, जिस तरह का भी आने वाले समय च समा मंग करे। हाँ जी, फिलहाल प्रधान साहब नू मिलोगे मंग पत्र? प्रधान साहब नू मिलया जाएगा, सिंह साहब नू मिलया जाएगा, असी जिन्नी वारी भी मिले अज तक ना सिंह साहब ने गल की ना किसे जथेदार साहब ने गल की, कदी नहीं गल करते हो इस समाज की। संघर्ष जथेबंदी जिहड़ी चल रही है वो अज असां वेखण दे आ कि किन्ना क उहनां नूं इन्ना प्यार मिल दिया पब्लिक का, तो उस तरह ही सानू भी आम जिहड़ी जनता है जां साडा अपना समाज है जां सानू निहंग सिंह जथेबंदियां जां होर जिन्नियां रंगरेटां जथेबंदियां उहनां नूं नाल लैके ਉਹਦੇ ਉੱਤੇ ਵਿਚਾਰ ਕੀਤੀ ਜਾਊਗੀ। ਇਹ ਵੇਖੋ ਜੀ, ਉਹ 328 ਸਰੂਪਾਂ ਦਾ ਜਿਹੜਾ ਸੰਘਰਸ਼ ਆ ਉਹ ਉਹਨਾਂ ਦਾ ਸ਼੍ਰੋਮਣੀ ਕਮੇਟੀ ਦਾ ਅਤੇ ਹੋਰ ਵੀ ਜਥੇਬੰਦੀਆਂ ਲਾਂਡੀਆਂ ਉਹਨਾਂ ਬਾਰੇ ਸਾਡੇ ਕੋਲ ਅਜੇ ਕੋਈ ਡਿਟੇਲ ਨਹੀਂ ਹੈਗੀ ਨਾ ਅਸੀਂ ਉਹਨਾਂ। ਮੇਰਾ ਕੁਐਸਚਨ ਹੀ ਸੁਣਿਆ ਜੀ, ਤੁਸੀਂ ਪਹਿਲੇ ਕੁਐਸਚਨ ਸੁਣ ਲਓ ਫਿਰ ਤੁਸੀਂ ਆਨਸਰ ਦੇ ਦਿਓ। ਜੋ 328 ਸਰੂਪਾਂ ਦਾ ਮਾਮਲਾ ਆਇਆ ਸੀਗਾ ਉਹ ਸਾਰਿਆਂ ਨੇ ਇੱਥੇ ਬਹਿ ਕੇ ਉਹਨਾਂ ਕੋਈ ਹਿਸਾਬ ਮੰਗਿਆ, ਲੇਕਿਨ ਲਾਠੀਆਂ ਨਾਲ ਉਹਨਾਂ ਦਾ ਸਵਾਗਤ ਕੀਤਾ ਗਿਆ। ਜੇ ਤੁਹਾਡੇ ਤੇ ਇਸ ਤਰ੍ਹਾਂ ਦਾ ਅਟੈਕ ਕਰਦੇ ਤਾਂ ਫਿਰ ਤੁਹਾਡਾ ਸਾਡੇ ਤੇ ਇਸ ਤਰ੍ਹਾਂ ਦਾ ਅਟੈਕ ਕਰਦੇ ਨੇ? 328 ਸਰੂਪਾਂ ਦਾ ਜਿਹੜਾ ਸੰਘਰਸ਼ ਸੀਗਾ ਉਹਦੇ ਵਿੱਚ ਪਬਲਿਕ ਸਿਟੀ ਕੋਈ ਨਹੀਂ ਬੈਠੀ, ਜੇ ਬੈਠੀ ਹੁੰਦੀ ਤਾਂ ਉਹ ਸੰਘਰਸ਼ ਹੁੰਦਾ ਨਾ, ਉਹ ਲਾਠੀਚਾਰਜ ਹੁੰਦਾ ਨਾ, ਉਹ 328 ਸਰੂਪਾਂ ਦਾ ਮੁੱਦਾ ਜਿਹੜਾ ਉਹ ਸਾਹਮਣੇ ਸੋਲਵ ਹੋ ਜਾਣਾ ਸੀ। ਅਤੇ ਜੇ ਇਸ ਤਰ੍ਹਾਂ ਦਾ ਹੁੰਦਾ ਹੈ, ਇਸ ਤਰ੍ਹਾਂ ਦਾ ਸੰਘਰਸ਼ ਕਰਨਾ ਪੈਂਦਾ ਤਾਂ ਇਹ ਕੌਮ ਕਰੇਗੀ, ਸ਼ੁਰੂ ਤੋਂ ਕਰਦੀ ਆਈ ਹੈ। ਇਹਨਾਂ ਨੂੰ ਕਰ ਕਰਕੇ ਇਹ ਰਾਜ ਦਿੱਤੇ, ਗੱਦੀਆਂ ਦਿੱਤੀਆਂ, ਸਾਰਾ ਕੁਝ ਦਿੱਤਾ, ਇਹ ਇਸੇ ਕੌਮ ਦੀ ਬਦੌਲਤ ਹੈ। ਸਵਾਲ ਫਿਰ ਉੱਥੇ ਆਉਂਦਾ ਜੀ, ਐਸ ਜੀ ਪੀ ਸੀ ਦੇ ਖਿਲਾਫ 328 ਰੁਪਾ ਦੇ ਮਾਮਲੇ 'ਚ ਸੰਘਰਸ਼ ਹੋਇਆ ਅਤੇ ਉਹਨਾਂ ਦਾ ਲਾਠੀਆਂ ਨਾਲ ਸਵਾਗਤ ਹੋਇਆ, ਅਗਰ ਤੁਸੀਂ ਸੰਘਰਸ਼ ਕਰਦੇ ਤਾਂ ਕੀ ਲੱਗਦਾ ਕਿ ਤੁਹਾਡੇ ਨਾਲ ਵੀ ਇਸ ਤਰ੍ਹਾਂ ਦਾ ਵਤੀਰਾ ਹੋ ਸਕਦਾ? ਉਹ ਜੇ ਕਰਨਗੇ, ਜੇ ਉਹ ਕਰਦੇ ਨੇ, ਜੇ ਇਹੋ ਜਿਹਾ ਹਿਸਾਬ ਕਿਤਾਬ ਬਣਦਾ, ਜੇ ਲਾਠੀਚਾਰਜ ਹੁੰਦਾ, ਜੇ ਉਸ ਤਰ੍ਹਾਂ ਪਿਆਰ ਨਾਲ ਮੰਗ ਮੰਗੀ ਜਾਂਦੀ ਹੈ, ਪਰ ਕਦੀ ਪਿਆਰ ਨਾਲ ਕੋਈ ਮਸਲਾ ਜਿਹੜਾ ਹੈ ਉਹ ਹੱਲ ਨਹੀਂ ਹੁੰਦਾ। ਜਦੋਂ ਕਿਸੇ ਚੀਜ਼ ਨੂੰ ਮਲੀਆ ਮੇਟ ਕਰ ਦਿੱਤਾ ਜਾਂਦਾ ਹੈ ਅਤੇ ਉਹਨੂੰ ਫਿਰ ਸੁਰਾਜੀਤ ਕਰਨਾ ਜਿਹੜਾ ਹੈ ਉਹ ਇਹੋ ਜਿਹੇ ਸੰਘਰਸ਼ ਕਰਨੇ ਪੈਂਦੇ ਨੇ। ਜੇ ਐਕਸ ਜੀ ਪੀ ਦੇ ਜਿਹੜੇ ਆਮ ਜਿਹੜੇ ਉਹਨਾਂ ਨੇ ਰੱਖੀ ਹੋਈ ਆ ਟਾਸਕ ਫੋਰਸ, ਜੇ ਇਹੋ ਜਿਹਾ ਹਮਲਾ ਕਰਦੀ ਆ ਤਾਂ ਜ਼ਰੂਰ ਕੌਮ ਕਰੇਗੀ, ਡਟ ਕੇ ਵਿਰੋਧ ਕਰੇਗੀ ਔਰ ਮੁਕਾਬਲਾ ਕਰਨਾ ਪਿਆ ਤਾਂ ਕਰਾਂਗੇ, ਤਿਆਰ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।